ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਯੂਟਿਊਬ ਚੈਨਲ। ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ। ਔਰ ਤੁਸੀਂ ਵੀ ਸੋਚਦੇ ਹੋਵੋਗੇ ਕਿ ਅੱਜ ਦਿਲਜੋਤ ਕਲੈਕਸ਼ਨ ਦਿਖਾਉਣ ਦੀ ਬਜਾਏ ਆਪਣਾ ਬੈਗ ਜਿਹਾ ਚੱਕ ਕੇ ਕਿੱਥੇ ਚੱਲੀ ਹੈ। ਚਲੋ ਅੱਗੇ ਆਪਾਂ ਦੇਖਦੇ ਹਾਂ ਕਿ ਮੈਂ ਕਿੱਥੇ ਜਾ ਰਹੀ ਹਾਂ। ਔਰ ਏਅਰਪੋਰਟ 'ਤੇ ਚੈੱਕ ਇਨ ਕਰਦੇ ਹਾਂ ਔਰ ਚੈੱਕ ਇਨ ਕਰਨ ਤੋਂ ਬਾਅਦ ਅਸੀਂ ਆਪਣੇ ਗੇਟ ਨੰਬਰ 6 ਦੇ ਉੱਪਰ ਵੇਟ ਕਰਦੇ ਹਾਂ ਆਪਣੀ ਫਲਾਈਟ ਦੀ। ਔਰ ਉਸ ਤੋਂ ਬਾਅਦ ਅਸੀਂ ਆਪਣੀ ਫਲਾਈਟ ਦੀ ਔਰ ਜਾਂਦੇ ਹੋਏ ਆਪਣੀ ਡੈਸਟੀਨੇਸ਼ਨ 'ਤੇ ਜਾ ਰਹੇ ਹਾਂ। ਡੈਸਟੀਨੇਸ਼ਨ 'ਤੇ ਕਿੱਥੇ ਜਾ ਰਹੇ ਹਾਂ, ਚਲੋ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਹੈ ਕਿੱਥੇ ਜਾ ਰਹੇ ਹਾਂ। ਔਰ ਜਿਹੜੀ ਮੈਂ ਸੀਟ 'ਤੇ ਬੈਠੀ ਹਾਂ ਨਾ, ਇਹ ਸੀਟ ਜੋਬਨ ਦੀ ਸੀਟ, ਪਰ ਜੋਬਨ ਕਹਿੰਦਾ ਸੀ, ਜੋਬਨ ਮੇਰਾ ਸੀ, ਇਸ ਕਰਕੇ ਸੀਟ ਵੀ ਮੇਰੀ ਸੀ। ਔਰ ਜਦੋਂ ਅਸੀਂ ਜਾ ਰਹੇ ਸੀ ਤਾਂ ਅਸੀਂ ਦੇਖਿਆ ਕਿ ਸਾਨੂੰ ਰਸਤੇ ਦੇ ਵਿੱਚ ਪਹਾੜ ਜੇ ਦਿਖਾਈ ਦਿੱਤੇ, ਬਹੁਤ ਸੋਹਣੇ ਪਹਾੜ ਸੀ। ਸਾਨੂੰ ਸਮਝ ਨਹੀਂ ਆ ਰਹੀ ਸੀ ਰੇਤਾ ਵਾਲੇ ਪਹਾੜ ਆ ਜਾਂ ਪੱਥਰ ਵਾਲੇ ਪਹਾੜ ਆ। ਆਖਿਰਕਾਰ ਸਾਨੂੰ ਪਤਾ ਲੱਗ ਗਿਆ ਸੀ ਕਿ ਪੱਥਰ ਵਾਲੇ ਆ। ਔਰ ਬਹੁਤ ਜ਼ਿਆਦਾ ਸੋਹਣੇ ਸੀ, ਮਤਲਬ ਲਾਈਕ ਅਸੀਂ ਉੱਪਰ ਸੀ ਤਾਂ ਵੀ ਸਾਨੂੰ ਇੱਦਾਂ ਹੀ ਲੱਗ ਰਿਹਾ ਸੀਗਾ ਕਿ ਬਿਲਕੁਲ ਜਿਹੜਾ ਜਹਾਜ਼ ਆ ਬਹੁਤ ਨੀਵਾਂ ਹੈ, ਇਹਦਾ ਮਤਲਬ ਕਿ ਪਹਾੜ ਬਹੁਤ ਉੱਚੇ ਸੀਗੇ। ਔਰ ਉਸ ਤੋਂ ਬਾਅਦ ਸਾਡੀ ਜਿਹੜੀ ਫਲਾਈਟ ਆ ਉਹ ਲੈਂਡ ਕਰ ਜਾਂਦੀ ਆ ਦੁਬਈ ਦੇ ਵਿੱਚ। ਔਰ ਅਸੀਂ ਦੁਬਈ ਪਹੁੰਚ ਜਾਂਦੇ ਹਾਂ ਤਾਂ ਅਸੀਂ ਆਪਣੇ ਲਗਜ ਵਗੈਰਾ ਲੈ ਕੇ ਆਪਣੇ ਹੋਟਲ ਦੀ ਤਰਫ ਵੱਧਦੇ ਹੋਏ। ਔਰ ਇਹ ਸਾਡੇ ਟੈਕਸੀ ਡਰਾਈਵਰ ਸੀਗਾ ਔਰ ਇਹਨੇ ਸਾਨੂੰ ਰਿਸੀਵ ਕੀਤਾ। ਰਿਸੀਵ ਕਰਨ ਤੋਂ ਬਾਅਦ ਇਹ ਬੰਦਾ ਵਿਚਾਰਾ ਬਹੁਤ ਕੂਲ ਜਿਹਾ ਔਰ ਬਹੁਤ ਭੋਲਾ ਜਿਹਾ ਬੰਦਾ ਸੀ। ਅਸੀਂ ਉੱਥੇ ਜਾ ਕੇ ਇਹ ਨੋਟਿਸ ਕੀਤਾ ਕਿ ਇੱਥੇ ਜਿੰਨੇ ਵੀ ਪੀਪਲ ਆ ਸਾਰੇ ਬਹੁਤ ਕਾਇੰਡ ਆ, ਮਤਲਬ ਲਾਈਕ ਸਾਰੇ ਬਹੁਤ ਹੈਲਪਫੁਲ ਨੇਚਰ ਦੇ ਆ। ਔਰ ਉਸ ਤੋਂ ਬਾਅਦ ਅਸੀਂ ਜਿਵੇਂ ਆ ਕਿ ਆਪਣੇ ਹੋਟਲ ਦੀ ਤਰਫ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਲੋਕੇਸ਼ਨ ਹੈ, ਬਹੁਤ ਸੋਹਣੀ ਲੋਕੇਸ਼ਨ ਹੈ। ਮਤਲਬ ਮੈਂ ਸੋਚਿਆ ਨਹੀਂ ਸੀ ਕਿ ਦੁਬਈ ਇੱਦਾਂ ਦਾ ਹੋਏਗਾ, ਬਟ ਸੱਚੀ ਬਹੁਤ ਸੋਹਣਾ ਦੁਬਈ ਬਣਿਆ ਹੋਇਆ ਔਰ ਇੰਨੀ ਸਫਾਈ ਹੈ ਇੱਥੇ, ਮਜ਼ਾ ਆ ਗਿਆ ਸੱਚੀ। ਹਜੇ ਤਾਂ ਇੱਕ ਦਿਨ ਹੋਇਆ, ਇਹ ਪਹਿਲੇ ਦਿਨ ਦਾ ਟੂਰ ਹੈ। ਹੋਪ ਅਸੀਂ 6 ਕੁ ਦਿਨ ਹੋਰ ਹੈਗੇ ਹਾਂ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਬਾਕੀ ਜਿਹੜੇ ਵਲੋਗ ਆ ਉਹ ਵੀ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਰਹਾਂ, ਕਿਉਂਕਿ ਅਸੀਂ ਘੁੰਮਣ ਵੱਲ ਥੋੜ੍ਹਾ ਜ਼ਿਆਦਾ ਧਿਆਨ ਦਿੰਦੇ ਹਾਂ ਔਰ ਆਪਣੀਆਂ ਕਲਿਪਸ ਬਣਾਉਣ ਵੱਲ ਘੱਟ ਧਿਆਨ ਦਿੰਦੇ ਹਾਂ। ਔਰ ਜਦੋਂ ਅਸੀਂ ਦੁਬਈ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤਾਂ ਅਸੀਂ ਸਭ ਤੋਂ ਪਹਿਲਾਂ ਉੱਥੇ ਬ੍ਰੇਕਫਾਸਟ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣਾ ਚਾਹੂੰਗੀ, ਬ੍ਰੇਕਫਾਸਟ ਤਾਂ ਅਸਲ 'ਚ ਅਸੀਂ ਪਲੇਨ ਦੇ ਵਿੱਚ ਵੀ ਕੀਤਾ ਸੀਗਾ, ਉਦੋਂ 9 ਵਜੇ ਦਾ ਟਾਈਮ ਸੀ, ਬਟ ਥੋੜ੍ਹੇ ਟਾਈਮ ਬਾਅਦ ਅਸੀਂ ਵੇਖਦੇ ਹਾਂ ਕਿ 7 ਵੱਜ ਜਾਂਦੇ ਆ, ਤਾਂ ਸਾਡੇ ਨਾਲ ਧੋਖਾ ਹੋ ਜਾਂਦਾ ਯਾਰ, ਅਸੀਂ ਵੀ ਕੀ ਕਰਦੇ ਹੈ ਨਾ। ਫਿਰ ਸਾਨੂੰ ਦੁਬਾਰਾ ਤੋਂ ਬ੍ਰੇਕਫਾਸਟ ਕਰਨਾ ਪੈਣਾ ਸੀ, ਇਸ ਕਰਕੇ ਅਸੀਂ ਦੁਬਈ ਆ ਕੇ ਦੁਬਾਰਾ ਤੋਂ ਬ੍ਰੇਕਫਾਸਟ ਕੀਤਾ। ਤੁਹਾਨੂੰ ਪਤਾ ਹੀ ਹੈ ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ, ਛੋਲੇ ਭਟੂਰੇ ਤਾਂ ਖਾਣੇ ਹੀ ਖਾਣੇ ਆ, ਤਾਂ ਅਸੀਂ ਉੱਥੇ ਆ ਕੇ ਛੋਲੇ ਭਟੂਰੇ ਖਾਧੇ, ਇੰਨੇ ਜ਼ਿਆਦਾ ਸਵਾਦ ਸੀਗੇ ਨਾ, ਬਹੁਤ ਜ਼ਿਆਦਾ ਸਵਾਦ ਸੀ, ਮਲਾਈ ਵਾਂਗੂ ਮੂੰਹ ਦੇ ਵਿੱਚ ਖੁਰਦੇ ਜਾਂਦੇ ਸੀ। ਫਿਰ ਉਸ ਤੋਂ ਬਾਅਦ ਸਾਡੇ ਤੋਂ ਰਹਿ ਨਹੀਂ ਹੋਇਆ ਤਾਂ ਅਸੀਂ ਇੱਕ ਹੋਰ ਪਲੇਟ ਆ ਜਿਹੜੀ ਔਡਰ ਕਰ ਦਿੱਤੀ ਔਰ ਉਹ ਵੀ ਬਹੁਤ ਜ਼ਿਆਦਾ ਸਵਾਦ ਸੀ, ਮਜ਼ਾ ਆ ਗਿਆ। ਇੱਥੋਂ ਤੱਕ ਕਿ ਸਾਨੂੰ ਜਿਹੜੇ ਉੱਥੋਂ ਦੇ ਵੇਟਰ ਸੀ ਉਹਨਾਂ ਨੇ ਵੀ ਪੁੱਛ ਲਿਆ ਤੁਸੀਂ ਪੰਜਾਬੀ ਹੋ, ਮੈਂ ਤਾਂ ਜੋਬਨ ਨੂੰ ਕਹਿ ਰਹੀ ਸੀ, ਸ਼ਾਇਦ ਉਹਨਾਂ ਨੇ ਆਪਣੇ ਖਾਣ ਪੀਣ ਤੋਂ ਜੱਜ ਕੀਤਾ ਹੈ ਕਿ ਆਪਾਂ ਪੰਜਾਬੀ ਹਾਂ ਕਿਉਂਕਿ ਆਪਾਂ ਬਹੁਤ ਜ਼ਿਆਦਾ ਖਾਂਦੇ ਹਾਂ। ਪਰ ਸੱਚੀ ਬਾ ਕਮਾਲ ਹੈ ਦੁਬਈ। ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਆਪਣੇ ਹੋਟਲ ਦੇ ਵਿੱਚ ਚੈੱਕ ਇਨ ਕਰਦੇ ਹਾਂ ਔਰ ਬਹੁਤ ਸੋਹਣਾ ਇਹ ਹੋਟਲ ਬਣਿਆ ਹੋਇਆ ਸੀਗਾ ਔਰ ਸਾਨੂੰ ਵੀ ਬਹੁਤ ਜਲਦੀ ਸੀਗੀ ਕਦੋਂ ਅਸੀਂ ਹੋਟਲ ਦੇ ਵਿੱਚ ਚੈੱਕ ਇਨ ਕਰੀਏ, ਕਿਉਂਕਿ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਕਿਊਰੀਓਸਿਟੀ ਸੀ, ਅਸੀਂ ਬਹੁਤ ਜਗ੍ਹਾ 'ਤੇ ਜਾਣਾ ਸੀਗਾ ਅਤੇ ਸਾਡੇ ਕੋਲ ਸਾਨੂੰ ਐਂ ਲੱਗਦਾ ਕਿ ਸਾਡੇ ਕੋਲ ਟਾਈਮ ਘੱਟ ਆ। ਬਾਕੀ ਵੈਸੇ ਸਾਰੇ ਬਹੁਤ ਕਹਿ ਰਹੇ ਆ ਕਿ ਤੁਹਾਡੇ ਕੋਲ ਟਾਈਮ ਬਹੁਤ ਜ਼ਿਆਦਾ ਏ, ਵੀ 6 ਤੋਂ 7 ਦਿਨ ਬਹੁਤ ਹੁੰਦੇ ਆ, ਬਟ ਸਾਨੂੰ ਟਾਈਮ ਘੱਟ ਲੱਗ ਰਿਹਾ। ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਅਤੇ ਤੁਹਾਨੂੰ ਵੀ ਦਿਖਾਉਣੇ ਆ ਕਿ ਅੱਗੇ ਅੱਗੇ ਅਸੀਂ ਵਲੋਗ ਦੇ ਵਿੱਚ ਕੀ ਲੈ ਕੇ ਆ ਰਹੇ ਹਾਂ। ਵੈਸੇ ਸਾਡੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਸਾਰੀਆਂ ਜਿੰਨੀਆਂ ਵੀ ਲੋਕੇਸ਼ਨਸ ਆ ਉਹ ਜੋ ਵੀ ਅਸੀਂ ਆਪਣਾ ਪੈਕੇਜ ਰੈਡੀ ਕੀਤਾ ਹੋਇਆ ਅਸੀਂ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਰ ਅਸੀਂ ਫਰੈਸ਼ ਹੋਣ ਤੋਂ ਬਾਅਦ ਤਿਆਰ ਸ਼ਿਆਰ ਹੋ ਜਾਂਦੇ ਹਾਂ, ਤਿਆਰ ਸ਼ਿਆਰ ਹੋ ਕੇ ਅਸੀਂ ਆਪਣਾ ਅੱਗੇ ਦਾ ਦੇਖਦੇ ਹਾਂ ਕਿ ਅਸੀਂ ਹੁਣ ਕਿੱਥੇ ਜਾਣਾ, ਕਿਉਂਕਿ ਅੱਜ ਦਾ ਦਿਨ ਇਹੋ ਜਿਹਾ ਸੀਗਾ ਕਿ ਅਸੀਂ ਕੁਛ ਵੀ ਮਤਲਬ ਫਾਈਨਲ ਨਹੀਂ ਕੀਤਾ ਹੋਇਆ ਸੀਗਾ ਕਿ ਅੱਜ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਗਾ, ਤਾਂ ਅਸੀਂ ਸੋਚਿਆ ਚਲੋ ਕਿਤੇ ਤਾਂ ਜਾਂਦੇ ਹਾਂ। ਅਸੀਂ ਸਭ ਤੋਂ ਪਹਿਲਾਂ ਕੈਬ ਕੀਤੀ, ਕੈਬ ਕਰਨ ਤੋਂ ਬਾਅਦ ਅਸੀਂ ਬੀਚ ਦੇ ਉੱਪਰ ਗਏ, ਕਾਈਟ ਬੀਚ ਦੇ ਉੱਪਰ। ਔਰ ਇਹ ਬੀਚ ਬਹੁਤ ਸੋਹਣਾ ਬਣਿਆ ਹੋਇਆ, ਸੱਚੀ ਬਹੁਤ ਸੋਹਣਾ ਬਣਿਆ ਹੋਇਆ। ਜਿਹੜਾ ਵੀ ਬੰਦਾ ਦੁਬਈ ਜਾਵੇ ਉਹ ਜ਼ਰੂਰ ਇਸ ਬੀਚ 'ਤੇ ਹੋ ਕੇ ਆਵੇ।
ਬਹੁਤ ਸੋਹਣੀ ਲੋਕੇਸ਼ਨ ਹੈ, ਬੜਾ ਮਜ਼ਾ ਆਇਆ, ਸੱਚੀ ਬਹੁਤ ਮਜ਼ਾ ਆਇਆ। ਕਿਉਂਕਿ ਮੈਂ ਸੱਚੀ ਯਾਰ ਸੋਚਿਆ ਨਹੀਂ ਸੀ ਕਿ ਦੁਬਈ ਇੱਦਾਂ ਦਾ ਹੋਏਗਾ। ਮੈਨੂੰ ਐ ਸੀ ਚਲੋ ਚੱਲਦੇ ਹਾਂ ਯਾਰ ਦੁਬਈ ਚੱਲਦੇ ਹਾਂ, ਚਲੋ ਥੋੜ੍ਹਾ ਹੁਣੇ ਹੁਣੇ ਮੇਰਾ ਚਲੋ ਸੀਜ਼ਨ ਖਤਮ ਹੋਇਆ ਤਾਂ ਚਲੋ ਕਿਉਂ ਨਾ ਇੱਕ ਬ੍ਰੇਕ ਤਾਂ ਬਣਦੀ ਹੈ, ਹੈ ਨਾ। ਤਾਂ ਇਸ ਕਰਕੇ ਅਸੀਂ ਦੁਬਈ ਆਏ ਸੀ, ਬਟ ਮੈਨੂੰ ਨਹੀਂ ਪਤਾ ਸੀਗਾ ਕਿ ਵੀ ਇਹ ਇੰਨਾ ਸੋਹਣਾ ਬਣਿਆ ਹੋਇਆ। ਮੈਨੂੰ ਲੱਗਦਾ ਕਿ ਜਿੰਨੀਆਂ ਵੀ ਕੰਟਰੀਜ਼ ਆ ਆਪਣੇ ਵਰਲਡ ਦੇ ਵਿੱਚ, ਸਾਰਿਆਂ ਤੋਂ ਬੈਸਟ ਕੰਟਰੀ ਆ। ਔਰ ਸਭ ਤੋਂ ਜ਼ਿਆਦਾ ਤਾਂ ਮੈਨੂੰ ਇੱਥੇ ਇਹ ਚੀਜ਼ ਵਧੀਆ ਲੱਗੀ ਹੈ ਕਿ ਇੱਥੇ ਸਫਾਈ ਬਹੁਤ ਜ਼ਿਆਦਾ ਹੈ। ਔਰ ਸੈਕਿੰਡ ਵਨ ਕਿ ਇੱਥੇ ਆਪਾਂ ਨੂੰ ਸਟੀਲਿੰਗ ਵਗੈਰਾ ਦਾ ਕੋਈ ਵੀ ਇਸ਼ੂ ਨਹੀਂ ਹੁੰਦਾ ਗਾ, ਮਤਲਬ ਆਪਾਂ ਬੇਝਿਜਕ ਜਿਵੇਂ ਮਰਜ਼ੀ ਤੇ ਤੁਰ ਫੇਰ ਸਕਦੇ ਹਾਂ, ਚਾਹੇ ਜਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਸੋਨੇ ਦੇ ਵਿੱਚ ਲੱਦ ਕੇ ਇੱਥੇ ਤੁਰੋ, ਕੋਈ ਵੀ ਕਿਸੇ ਕਿਸਮ ਦਾ ਚੱਕਰ ਨਹੀਂ ਹੈ। ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਰਾਮ ਦੇ ਨਾਲ ਇੱਥੇ ਮਜ਼ੇ ਦੇ ਨਾਲ ਘੁੰਮ ਰਹੇ ਹਾਂ। ਔਰ ਵੈਸੇ ਤਾਂ ਅਸੀਂ ਇੱਥੇ ਸੋਚਿਆ ਸੀਗਾ ਕਿ ਬੀਚ ਦੇਖਣ ਤੋਂ ਬਾਅਦ ਅਸੀਂ ਸੋਚਿਆ ਸੀਗਾ ਕਿ ਅਸੀਂ ਕੈਬ 'ਤੇ ਜਾਵਾਂਗੇ, ਬਟ ਇਹ ਲੋਕੇਸ਼ਨ ਇੰਨੀ ਸੋਹਣੀ ਸੀ, ਇੰਨੇ ਸੋਹਣੇ ਸੋਹਣੇ ਘਰ ਸੀ, ਔਰ ਬਹੁਤ ਸਾਰੀਆਂ ਇੱਥੇ ਗੱਡੀਆਂ ਸੀਗੀਆਂ ਜੋ ਕਿ ਆਪਣੇ ਹਜੇ ਇੰਡੀਆ ਦੇ ਵਿੱਚ ਲਾਂਚ ਨਹੀਂ ਹੋਈਆਂ ਗਈਆਂ। ਅਤੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਔਰ ਸੋਹਣੇ ਸੋਹਣੇ ਘਰ ਦੇਖਦੇ ਹੋਏ, ਤੁਸੀਂ ਮੰਨੋਗੇ ਨਹੀਂ ਕਿ ਅਸੀਂ 5 ਤੋਂ 7 ਕਿਲੋਮੀਟਰ ਪੈਦਲ ਗਏ, ਔਰ ਇੰਨਾ ਮਜ਼ਾ ਆਇਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ 5 ਤੋਂ 7 ਕਿਲੋਮੀਟਰ ਕਦੋਂ ਤੱਕ ਇਹ ਜਿਹੜਾ ਪੰਧ ਹੈ ਉਹ ਤੈਅ ਕਰ ਲਿਆ। ਔਰ ਬਾਕੀ ਤੁਸੀਂ ਮੇਰੇ ਸਾਈਡਾਂ 'ਤੇ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਗਰਾਸ ਹੈ, ਫਲਾਰ ਹੈ। ਔਰ ਸਭ ਤੋਂ ਅਸੀਂ ਇਹ ਦੇਖ ਰਹੇ ਸੀਗੇ ਕਿ ਇਹਨਾਂ ਨੇ ਰੇਤਾ ਦੇ ਉੱਪਰ ਹੀ ਇਹ ਜਿਹੜੇ ਫਲਾਰ ਹੈ ਉਹ ਉਗਾਏ ਹੋਏ ਆ, ਜਾਂ ਇਹਨਾਂ ਨੇ ਘਾਹ ਲਗਾਇਆ ਹੋਇਆ। ਔਰ ਉਸ ਤੋਂ ਬਾਅਦ ਸਾਰੀਆਂ ਲੋਕੇਸ਼ਨਾਂ ਦੇਖਦੇ ਹੋਏ ਤਾਂ ਵੀ ਅਸੀਂ, ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਅਸੀਂ ਚਾਨਣ ਦੇ ਵਿੱਚ ਸੀ, ਹੁਣ ਅਸੀਂ ਹਨੇਰੇ ਦੇ ਵਿੱਚ ਹਾਂ, ਪਰ ਅਸੀਂ ਉਦੋਂ ਦੇ ਪੈਦਲ ਹੀ ਜਾ ਰਹੇ ਹਾਂ, ਅਸੀਂ ਕੋਈ ਵੀ ਟੈਕਸੀ ਵਗੈਰਾ ਨਹੀਂ ਕੀਤੀ ਗੀ, ਕਿਉਂਕਿ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਸੀ ਨਾ, ਬਹੁਤ ਆਨੰਦ ਆਇਆ ਸੱਚੀ। ਅਸੀਂ ਤਾਂ ਇਹੀ ਕਹਾਂਗੇ ਜੇ ਤੁਸੀਂ ਵੀ ਦੁਬਈ ਆਓਗੇ ਤਾਂ ਤੁਸੀਂ ਵੀ ਪੈਦਲ ਜਿਹੜਾ ਇੱਥੇ ਆਪਣਾ ਰਸਤਾ ਤੈਅ ਕਰ ਸਕਦੇ ਹੋ। ਬਾਕੀ ਸਭ ਤੋਂ ਵੱਡੀ ਗੱਲ ਕਿ ਇੱਥੋਂ ਦੀਆਂ ਬਿਲਡਿੰਗਸ ਇੰਨੀਆਂ ਸੋਹਣੀਆਂ ਬਣੀਆਂ ਹੋਈਆਂ ਸੀ, ਇੱਕ ਤੋਂ ਇੱਕ ਵੱਧ ਕੇ ਬਿਲਡਿੰਗ ਬਣੀ ਹੋਈ ਸੀ। ਔਰ ਉਸ ਤੋਂ ਬਾਅਦ ਅਸੀਂ ਆਪਣੇ ਦੁਬਈ ਮੌਲ ਦੇ ਵਿੱਚ ਪਹੁੰਚ ਜਾਂਦੇ ਹਾਂ, ਜੋ ਕਿ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਸਭ ਤੋਂ ਵੱਡਾ ਮੌਲ ਮੰਨਿਆ ਜਾਂਦਾ ਉਹ। ਪਤਾ ਨਹੀਂ ਉਹਦੇ ਕਿੰਨੇ ਕੁ ਦਰਵਾਜ਼ੇ ਨੇ, ਔਰ ਬਹੁਤ ਸੋਹਣਾ ਇਹ ਮੌਲ ਬਣਿਆ ਹੋਇਆ, ਬਹੁਤ ਵੱਡਾ ਇਹ ਬਣਿਆ ਹੋਇਆ। ਔਰ ਇਸ ਮੌਲ ਦੇ ਵਿੱਚ ਆ ਕੇ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਇੱਥੇ ਆਪਣੇ ਵਰਲਡ ਦੇ ਮਤਲਬ ਜਿੰਨੇ ਵੀ ਤਰ੍ਹਾਂ ਦੇ ਲੋਕ ਆ, ਮੈਂ ਸਭ ਤਰ੍ਹਾਂ ਦੇ ਲੋਕ ਦੇਖਿਆ, ਲਾਈਕ ਜਿੱਦਾਂ ਇਥੋਪੀਅਨਸ ਦੇਖਿਆ, ਚਾਹੇ ਕੋਈ ਜਪਾਨ ਤੋਂ ਆ, ਚਾਹੇ ਕੋਈ ਰਸ਼ੀਅਨ ਆ, ਮਤਲਬ ਲਾਈਕ ਹਰ ਕਿਸਮ ਦਾ ਬੰਦਾ ਮੈਂ ਇੱਥੇ ਦੇਖਿਆ। ਔਰ ਸਭ ਤੋਂ ਜ਼ਿਆਦਾ ਤਾਂ ਸ਼ਾਇਦ ਇੱਥੇ ਪਾਕਿਸਤਾਨ ਦੇ ਲੋਕ ਆ, ਜਿੱਥੋਂ ਤੱਕ ਮੈਂ ਦੇਖਿਆ। ਆਪਣੇ ਪੰਜਾਬੀ ਤਾਂ ਬਹੁਤ ਜ਼ਿਆਦਾ ਘੱਟ ਸੀਗੇ, ਕੋਈ ਵੀ ਸਾਨੂੰ ਪੰਜਾਬੀ ਦੇਖ ਹੀ ਨਹੀਂ ਰਿਹਾ ਸੀਗਾ, ਕੋਈ 1-2 ਬੰਦੇ ਹੀ ਸਾਨੂੰ ਜ਼ਿਆਦਾ ਦਿਖੇ ਆ, ਇਸ ਤੋਂ ਜ਼ਿਆਦਾ ਸਾਨੂੰ ਕੋਈ ਨਹੀਂ ਦਿਖੇਗੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਮੌਲ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦੇਖ ਰਹੇ ਹਾਂ। ਉਸ ਤੋਂ ਬਾਅਦ ਅਸੀਂ ਇਹ ਵਾਲੀ ਲੋਕੇਸ਼ਨ 'ਤੇ ਆਉਂਦੇ ਹਾਂ, ਤੁਸੀਂ ਦੇਖ ਸਕਦੇ ਹੋ ਬੜੀਆਂ ਸੋਹਣੀਆਂ ਸੋਹਣੀਆਂ ਇੱਥੇ ਮੱਛੀਆਂ ਸੀਗੀਆਂ, ਔਰ ਨਿੱਕੀਆਂ ਨਿੱਕੀਆਂ ਵੀ ਪਿਆਰੀਆਂ ਪਿਆਰੀਆਂ ਬਹੁਤ ਜ਼ਿਆਦਾ ਸੀਗੀਆਂ। ਔਰ ਇੱਥੇ ਬਹੁਤ ਜ਼ਿਆਦਾ ਰਸ਼ ਸੀਗਾ ਕਿਉਂਕਿ ਇੱਥੇ ਹਰ ਕਿਸਮ ਦੀ ਸ਼ਾਇਦ ਫਿਸ਼ ਸੀਗੀ, ਬਾਕੀ ਅਸੀਂ ਇਹਨੂੰ ਸ਼ਾਇਦ ਕੱਲ੍ਹ ਦੇਖਾਂਗੇ, ਤਾਂ ਮੈਂ ਇਹਦੀ ਤੁਹਾਨੂੰ ਡਿਟੇਲ ਜਿਹੜੀ ਆ ਕੱਲ੍ਹ ਪ੍ਰੋਵਾਈਡ ਕਰਾਂਗੀ। ਔਰ ਉਸ ਤੋਂ ਬਾਅਦ ਅਸੀਂ ਫੂਡ ਕੋਰਟ ਆ ਜਾਂਦੇ ਹਾਂ, ਬਹੁਤ ਵੱਡਾ ਫੂਡ ਕੋਰਟ ਸੀਗਾ, ਇੱਥੇ ਹਰ ਤਰ੍ਹਾਂ ਦਾ ਖਾਣਾ ਸੀਗਾ। ਮੈਨੂੰ ਐਂ ਸੀ ਚਲੋ ਮੈਂ ਜੈਪਨੀਜ਼ ਜਿਹੜਾ ਖਾਣਾ ਉਹ ਟਰਾਈ ਕਰਨਾ, ਜਦੋਂ ਮੈਂ ਟਰਾਈ ਕੀਤਾ ਉਹ ਹੋ, ਤੁਸੀਂ ਬਾਕੀ ਮੇਰੀ ਸ਼ਕਲ ਤੋਂ ਅੰਦਾਜ਼ਾ ਲਗਾ ਹੀ ਸਕਦੇ ਹੋ। ਮੇਰੀ ਸਭ ਤੋਂ ਗੰਦੀ ਆਦਤ ਹੈ ਕਿ ਮੈਂ ਜਾਪਾਨ ਦੀਆਂ ਵੀਡੀਓਜ਼ ਬਹੁਤ ਦੇਖਦੀ ਹਾਂ, ਅਤੇ ਮੈਂ ਜੋਬਨ ਨੂੰ ਕਹਿੰਦੀ ਆਪਾਂ ਜਾਪਾਨ ਜ਼ਰੂਰ ਜਾਣਾ ਹੈ, ਵੀ ਮੈਂ ਇਹ ਖਾਣਾ ਜ਼ਰੂਰ ਖਾਣਾ, ਪਰ ਜਦੋਂ ਮੈਂ ਇੱਥੇ ਟਰਾਈ ਕੀਤਾ ਉਹ ਮੇਰਾ ਸਾਰਾ ਮਨ ਖਰਾਬ ਹੋ ਗਿਆ, ਔਰ ਹਾਰ ਕੇ ਸਾਨੂੰ KFC ਹੀ ਟਰਾਈ ਕਰਨਾ ਪਿਆ। ਔਰ KFC ਖਾਣ ਤੋਂ ਬਾਅਦ ਅਸੀਂ ਤਿਆਰੀ ਕੀਤੀ, ਸਾਨੂੰ ਐਂ ਸੀਗਾ ਚਲੋ ਹੁਣ ਹੋਟਲ ਪਹੁੰਚ ਜਾਂਦੇ, ਕਿਉਂਕਿ ਅਸੀਂ ਕੱਲ੍ਹ ਬਹੁਤ ਜਲਦੀ ਸਵੇਰ ਨਾਲ ਉੱਠ ਕੇ ਆਪਣੀ ਅਗਲੀ ਲੋਕੇਸ਼ਨ 'ਤੇ ਜਾਣਾ। ਉਹ ਲੋਕੇਸ਼ਨ ਮੈਂ ਅਗਲੇ ਵਲੋਗ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੀ, ਅਤੇ ਉਹ ਲੋਕੇਸ਼ਨ ਜਾਣਨ ਦੇ ਲਈ ਤੁਹਾਨੂੰ ਮੇਰਾ ਵਲੋਗ ਵੀ ਜ਼ਰੂਰ ਦੇਖਣਾ ਪਏਗਾ। ਔਰ ਇਸ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਸੀਂ ਆਪਣੇ ਹੋਟਲ ਦੀ ਤਰਫ ਵੱਧ ਰਹੇ ਹਾਂ, ਔਰ ਦੁਬਈ
ਮੋਲ ਦੇ ਗੇਟ ਜਿਹੜੇ ਆ ਬਹੁਤ ਸੋਹਣੇ ਬਣੇ ਹੋਏ ਸੀ, ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ ਸਾਡੀ ਚੈਕਿੰਗ ਹੀ ਨਹੀਂ ਕੀਤੀ, ਮਤਲਬ ਇੱਥੇ ਜ਼ੀਰੋ ਕ੍ਰਾਈਮ ਹੈ ਇਸ ਕਰਕੇ ਸਭ ਇੰਨੇ ਰਿਲੈਕਸ ਹੋ ਕੇ ਚੱਲਦੇ ਆ, ਔਰ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੇ ਹੋਟਲ ਹੈ ਉਹ ਪੈਦਲ ਪਹੁੰਚ ਜਾਂਦੇ ਹਾਂ।